ਦੇਸ਼ ਵਿਦੇਸ਼ ਵਿੱਚ ਬੈਠੀਆਂ ਪ੍ਰੋਗਰਾਮ ਏਕ ਨੂਰ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਗੁਰਪ੍ਰੀਤ ਸਿੰਘ ਵੱਲੋਂ ਜੀ ਆਇਆਂ ਨੂੰ ਆਪ ਸਭ ਸੰਗਤਾਂ ਦਾ ਇਸ ਖਾਸ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਸੰਗਤ ਜੀ, ਪ੍ਰੋਗਰਾਮ ਏਕ ਨੂਰ ਵਿੱਚ ਕੱਲ੍ਹ ਆਪਾਂ ਵਿਚਾਰ ਕੀਤੀ ਸੀ ਕਿ 1984 ਦੇ ਜੋ ਕਤਲੇਆਮ ਹੋਇਆ, ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀ ਪੂਰੀ ਢਿੱਲ ਲਗਾਈ ਗਈ, ਉਹਦੇ ਸੰਬੰਧੀ ਸਰਦਾਰ ਸਰਬਜੋਤ ਸਿੰਘ ਹੋਰਾਂ ਦੇ ਨਾਲ ਖੁੱਲ੍ਹ ਕੇ ਵਿਚਾਰ ਕੀਤੀ ਗਈ ਸੀ। ਕਈ ਸਾਰੇ ਨਵੇਂ ਆਸਪੈਕਟ ਜਿਹੜੇ ਨੇ ਉਹਨਾਂ ਦੀ ਗੱਲਬਾਤ ਦੇ ਦੌਰਾਨ ਸਾਡੇ ਸਾਹਮਣੇ ਆਏ, ਕਿਉਂਕਿ ਮਸਲਾ ਕੁਝ ਇੱਦਾਂ ਦਾ ਕਿ ਹਰ ਸਿੱਖ ਹਿਰਦੇ ਦੇ ਨਾਲ ਜੁੜਿਆ ਹੋਇਆ, ਖਾਸ ਤੌਰ 'ਤੇ 1984 ਦੀ ਜੇਕਰ ਗੱਲ ਕਰੀਏ ਤਾਂ ਹਰ ਸਿੱਖ ਨੂੰ ਝੰਜੋੜ ਕੇ ਰੱਖ ਦਿੰਦੀ ਹੈ ਇਹ ਦਾਸਤਾਂ। ਸੋ ਉਸ ਗੱਲ ਨੂੰ ਥੋੜ੍ਹਾ ਜਿਹਾ ਹੋਰ, ਕਿਉਂਕਿ ਅੱਜ ਕੱਲ੍ਹ ਦਿੱਲੀ ਦੇ ਵਿੱਚ ਇਸ ਨੂੰ ਲੈ ਕੇ ਕਾਫ਼ੀ ਕੁਝ ਹੋ ਰਿਹਾ, ਅਤੇ ਅਸੀਂ ਫਿਰ ਤੋਂ ਇਹਦੇ ਬਾਰੇ ਥੋੜ੍ਹੀ ਜਿਹੀ ਚਰਚਾ ਕਰਨੀ ਚਾਹਾਂਗੇ। ਸਾਡੇ ਨਾਲ ਇਸ ਵੇਲੇ ਸਰਦਾਰ ਇੰਦਰਜੀਤ ਸਿੰਘ ਮੌਂਟੀ ਮੌਜੂਦ ਨੇ, ਜੋ ਕਿ ਵਾਈਸ ਚੇਅਰਮੈਨ ਨੇ ਧਰਮ ਪ੍ਰਚਾਰ ਕਮੇਟੀ ਦੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਨਾਲ ਸਾਡੇ ਕੋਲ ਇਸ ਵੇਲੇ ਸਰਦਾਰ ਤੀਰਥ ਸਿੰਘ ਜੀ ਮੌਜੂਦ ਨੇ, ਜੋ ਕਿ ਵਿਕਟਮ ਵੀ ਨੇ ਇਹ ਸਾਰੇ ਜੋ ਨਸ਼ਲਕੁਸ਼ੀ ਕੀਤੀ ਗਈ, ਅਤੇ ਨਾਲ ਹੀ ਨਾਲ ਆਪਾਂ ਕਹਿ ਲਈਏ ਕਿ ਆਈ ਵਿਟਨੈਸ ਨੇ। ਸੋ ਤੁਹਾਡਾ ਦੋਨਾਂ ਮਹਿਮਾਨਾਂ ਦਾ ਸਵਾਗਤ ਕਰਦੇ, ਫਤਿਹ ਅਰਜ਼ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਇੰਦਰਜੀਤ ਸਿੰਘ ਜੀ, ਜੇ ਆਪਾਂ ਗੱਲ ਕਰੀਏ, ਤੁਸੀਂ ਵੀ ਇਹ ਸਾਰਾ ਕੁਝ ਕਾਫੀ ਨੇੜਿਓਂ ਤੱਕਿਆ, ਪਹਿਲੇ ਲਫ਼ਜ਼ਾਂ ਦੇ ਵਿੱਚ ਤੁਸੀਂ ਕਿਵੇਂ ਬਿਆਨ ਕਰਦੇ ਹੋ ਜੋ ਕੁਝ ਹੋਇਆ? ਜੋ ਉਸ ਸਮੇਂ ਦੀ ਹਾਲਾਤ ਸੀ, ਉਮਰ ਭਾਵੇਂ ਉਸ ਸਮੇਂ ਲਗਭਗ 12-13 ਸਾਲਾਂ ਦੀ ਸੀਗੀ, ਪਰ ਉਸ ਉਮਰ ਦੇ ਵਿੱਚ ਅੱਛੀ ਤਰ੍ਹਾਂ ਯਾਦ ਹੈ ਜਿਸ ਤਰੀਕੇ ਦੇ ਨਾਲ, ਉਸ ਸੁਨਿਯੋਜਿਤ ਢੰਗ ਦੇ ਨਾਲ ਉਸ ਕੰਮ ਨੂੰ ਸਾਰੇ ਨੂੰ ਸ਼ੁਰੂ ਕੀਤਾ ਗਿਆ। ਉਹ ਇਸ ਤਰੀਕੇ ਦੇ ਨਾਲ ਸੀ ਕਿ ਪ੍ਰੀ ਪਲੈਨ ਤਰੀਕਾ ਸੀਗਾ। ਪਹਿਲੀ ਜਿਹੜੀ ਘਟਨਾ ਵਾਪਰੀ, ਤਕਰੀਬਨ 6:30 ਵਜੇ ਦੇ ਕਰੀਬ ਕਰੀਬ INA ਮਾਰਕੀਟ ਦੇ ਵਿੱਚ ਵਾਪਰੀ ਦਿੱਲੀ ਦੇ ਵਿੱਚ, ਕਿਉਂਕਿ ਜਿਹੜਾ ਉਸ ਸਮੇਂ ਇੰਦਰਾ ਗਾਂਧੀ ਦਾ ਪੁੱਤਰ ਰਾਜੀਵ ਗਾਂਧੀ ਸੀਗਾ, ਉਹ ਵੀ ਦਿੱਲੀ ਵਿੱਚ ਨਹੀਂ ਸੀਗਾ, ਕਲਕੱਤੇ ਸੀਗਾ। ਜਦੋਂ ਸ਼ਾਮ ਨੂੰ ਵਾਪਸ ਆਇਆ ਤਕਰੀਬਨ 4:30-5 ਵਜੇ ਦੇ ਕਰੀਬ ਕਰੀਬ, ਅਤੇ ਉਹਨਾਂ ਉਹਦੇ ਆਉਣ ਤੋਂ ਪਹਿਲਾਂ ਉਹ ਜਿਹੜੇ ਨੌਜਵਾਨ ਲੀਡਰ ਉਸ ਟਾਈਮ ਕਹਿੰਦੇ ਕਹਾਉਂਦੇ ਸੀਗੇ ਆਪਣੇ ਆਪ ਦੇ ਵਿੱਚ, ਜਿਹੜੇ ਕੋਈ NSUI ਨਾਲ ਸੰਬੰਧ ਰੱਖਦੇ ਸੀਗੇ, ਯੂਥ ਕਾਂਗਰਸ ਨਾਲ ਸੰਬੰਧ ਰੱਖਦੇ ਸੀਗੇ, ਉਹਨਾਂ ਨੇ ਇੱਕ ਭਰਵੀਂ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਕਿ ਇਹਨਾਂ ਸਿੱਖਾਂ ਨੂੰ ਸਬਕ ਸਿਖਾਉਣਾ। ਪਰਟੀਕੁਲਰਲੀ ਸਿੱਖ ਵਰਡ ਉੱਥੇ ਵਰਤਿਆ ਗਿਆ, ਸਿੱਖੜਿਆਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ। ਅਤੇ ਪਹਿਲਾ ਨਾਰਾ ਜਿਹੜਾ ਆਲ ਇੰਡੀਆ ਮੈਡੀਕਲ ਦੇ ਵਿੱਚ ਇਹ ਵਜਿਆ ਕਿ ਖੂਨ ਦਾ ਬਦਲਾ ਖੂਨ ਕਾ ਬਦਲਾ ਖੂਨ, ਉਹ ਨਾਰਾ ਉੱਥੋਂ ਦਿੱਤਾ। ਅਤੇ ਇਹ ਸਾਰਾ ਪਲੈਨ ਜਿਹੜਾ ਹੈ ਉਹ ਰਾਜੀਵ ਗਾਂਧੀ ਨੂੰ ਜਦੋਂ ਇਹਨਾਂ ਨੇ ਦੱਸਿਆ, ਕਿਉਂਕਿ ਇਹ ਸੁਭਾਵਿਕ ਸੀਗਾ ਕਿ ਇੰਦਰਾ ਗਾਂਧੀ ਦੀ ਮੌਤ ਦਾ ਜਿਹੜਾ ਹੈ ਉਹਨੂੰ ਇੱਕ ਸਹਾਨੁਭੂਤੀ ਰਾਜੀਵ ਗਾਂਧੀ ਨੂੰ ਮਿਲਣੀ ਸੀਗੀ। ਉਸ ਸਹਾਨੁਭੂਤੀ ਨੂੰ ਲੈ ਕੇ ਅਗਲੇ ਦੇਸ਼ ਦੇ ਆਉਣ ਵਾਲੇ ਪ੍ਰਧਾਨ ਮੰਤਰੀ ਉਹਨੂੰ ਘੋਸ਼ਿਤ ਕਰ ਦਿੱਤਾ ਗਿਆ ਸੀਗਾ। ਅਤੇ ਉਹ ਬੰਦਿਆਂ ਨੇ ਜਿਹੜੇ ਯੂਥ ਦੇ ਵਿੱਚ ਸਨ ਜਾਂ ਜਿਹੜੇ ਉਹਦੇ ਨੇੜੇ ਸਨ, ਉਹਨਾਂ ਨੇ ਇਸ ਗੱਲ ਦਾ ਵੀ ਕ੍ਰੈਡਿਟ ਲੈਣਾ ਸੀਗਾ ਕਿ ਜਿੰਨਾ ਅਸੀਂ ਵੱਧ ਤੋਂ ਵੱਧ ਕਰਕੇ ਦਿਖਾਵਾਂਗੇ ਰਾਜੀਵ ਗਾਂਧੀ ਨੂੰ, ਉਨੀਆਂ ਵੱਡੀਆਂ ਸਾਨੂੰ ਕੁਰਸੀਆਂ ਦਿੱਤੀਆਂ ਜਾਣਗੀਆਂ, ਉਨੀਆਂ ਸਾਡੀਆਂ ਪੋਸਟਾਂ ਉੱਚੀਆਂ ਹੋਣਗੀਆਂ। ਅਤੇ INA ਮਾਰਕੀਟ ਤੋਂ ਜਦੋਂ ਸਟਾਰਟ ਹੋਇਆ ਸ਼ਾਮ ਨੂੰ 6:30 ਵਜੇ, ਕਈ ਚੈਨਲਾਂ 'ਤੇ ਜਿਵੇਂ ਹੁਣ ਪਿਛਲੇ ਦਿਨਾਂ 'ਚ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਕਿ ਕਾਂਗਰਸ ਨੇ ਰੋਕਣ ਦੀ ਕੋਸ਼ਿਸ਼ ਕੀ, ਇਹ ਜ਼ਰੂਰ ਕਿਹਾ ਕਿ ਕਾਂਗਰਸਮੈਨ ਇਨਵੋਲਵ ਸਨ, ਪਰ ਉਹਨਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ। ਪਰ ਇਹ ਗੱਲ ਕਹੀ ਕਿ ਕਾਂਗਰਸ ਨੇ ਰੋਕਣ ਦੀ ਕੋਸ਼ਿਸ਼ ਕੀ, ਅਗਰ ਰੋਕਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਸ਼ਾਇਦ ਇੰਨਾ ਬੁਰਾ ਹਾਲ ਨਾ ਹੁੰਦਾ।
ਪਹਿਲੀ ਘਟਨਾ ਸ਼ਾਮ ਨੂੰ ਤਕਰੀਬਨ ਅਗਰ 6 6:30 ਵਜੇ ਵਾਪਰਦੀ ਹੈ, ਸਵੇਰ ਦੀ ਅਗਰ ਸਵੇਰੇ ਇੰਸੀਡੈਂਟ ਹੋਇਆ ਤਕਰੀਬਨ 8:30 9 ਵਜੇ ਦੇ ਕਰੀਬ ਕਰੀਬ, ਤੇ ਸ਼ਾਮ ਨੂੰ ਪਹਿਲੀ ਘਟਨਾ ਵਾਪਰਦੀ ਹੈ, ਤੇ ਉਸੇ ਟਾਈਮ ਜਦੋਂ ਰਾਜੀਵ ਗਾਂਧੀ ਦਿੱਲੀ ਪਰਤਿਆ, ਤੇ ਜੇ ਉਸ ਟਾਈਮ ਉਸ ਸਿਚੁਏਸ਼ਨ ਨੂੰ ਹੈਂਡਲ ਕਰ ਲਿਆ ਜਾਂਦਾ, ਸੰਭਾਲਿਆ ਜਾਂਦਾ, ਮਿਲਟਰੀ ਜਿਹੜੀ ਦਿੱਲੀ ਕੈਂਟ ਜਾਂ ਦਿੱਲੀ ਦੇ ਵਿੱਚ ਹੋਰ ਜਿਹੜੀਆਂ ਛਾਵਨੀਆਂ ਮਿਲਟਰੀ ਦੀਆਂ ਸੀਗੀਆਂ, ਉਸ ਬਟਾਲੀਅਨ ਨੂੰ ਇੱਥੇ ਬੁਲਾ ਲਿਆ ਜਾਂਦਾ, ਤੇ ਸ਼ਾਇਦ ਇਹ ਹਾਦਸੇ ਨਹੀਂ ਸਨ ਵਾਪਰਨੇ, ਪਰ ਸੁਨਿਯੋਜਿਤ ਢੰਗ ਦੇ ਨਾਲ ਪ੍ਰੀ ਪਲੈਨ ਤਰੀਕੇ ਦੇ ਨਾਲ ਪੈਟਰੋਲ ਪੰਪ ਤੱਕ ਖੋਲ ਦਿੱਤੇ ਗਏ, ਕੋਈ ਐਸਾ ਕੈਮੀਕਲ ਪਾਊਡਰ ਦਿੱਤਾ ਗਿਆ ਕਿ ਜਿਹੜਾ ਇਨਸਾਨ ਤੇ ਛਿੜਕੋ ਤੇ ਜੇ ਉਹ ਉਸੇ ਟਾਈਮ ਲਪਟਾਂ ਦੇ ਵਿੱਚ ਬਦਲ ਜਾਂਦਾ ਸੀ, ਤੇ ਜੇ ਉਸ ਨੂੰ ਬਚਾਉਣ ਵਾਸਤੇ ਕੋਈ ਪਾਣੀ ਵੀ ਪਾਵੇ ਤੇ ਉਹ ਪਾਣੀ ਨੂੰ ਅੱਗ ਨੂੰ ਹੋਰ ਜ਼ਿਆਦਾ ਭਾਂਬੜ ਮਚਾ ਦਿੰਦਾ ਸੀ, ਹੋਰ ਪ੍ਰਚੰਡ ਕਰ ਦਿੰਦਾ ਸੀ। ਇਹੋ ਇਹੋ ਜਿਹੀਆਂ ਚੀਜ਼ਾਂ, ਇਹੋ ਇਹੋ ਜਿਹੇ ਤਰੀਕੇ ਕਿ ਗਲਾਂ ਦੇ ਵਿੱਚ ਪੁਰਾਣੇ ਟਾਇਰ ਲੈ ਕੇ ਉਹਨਾਂ ਨੂੰ ਪਾਇਆ ਗਿਆ। ਕੋਈ ਮੌਬ ਹੋਵੇ, ਤੁਸੀਂ ਇਹ ਦੇਖੋ ਕਿ ਮੌਬ ਦੇ ਹੱਥਾਂ 'ਚ ਟਾਇਰ ਕਿੱਥੋਂ ਆ ਗਏ, ਉਹ ਕੈਮੀਕਲ ਕਿੱਥੋਂ ਆ ਗਿਆ, ਉਹ ਸਾਰਾ ਪੈਟਰੋਲ ਜਾਂ ਜੋ ਵੀ ਜਵਲਨਸ਼ੀਲ ਪਦਾਰਥ ਸਨ ਉਹ ਕਿੱਥੋਂ ਆ ਗਏ। ਇਹ ਪ੍ਰੀ ਪਲੈਨ ਤਰੀਕਾ ਸੀਗਾ, ਅਗਰ ਨਾ ਹੁੰਦਾ ਤੇ ਇੰਨੀਆਂ ਹੱਤਿਆਵਾਂ ਨਾ ਹੁੰਦੀਆਂ। ਅਗਰ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉਸੇ ਸਮੇਂ ਅਸੀਂ ਉਹਨੂੰ ਉਹ ਇਹ ਸਾਰੇ ਉਹਨੂੰ ਰੋਕ ਸਕਦੇ ਸਨ, ਪਰ ਇਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ, ਉਹਨੂੰ ਵਧਾਵਾ ਦਿੱਤਾ। ਬਿਲਕੁਲ, ਸੋ ਇਹ ਇੱਕ ਜਿਸ ਢੰਗ ਦੇ ਨਾਲ ਬਲਕਿ ਉਹਨੂੰ ਪ੍ਰੀ ਪਲੈਨ ਤਰੀਕੇ ਨਾਲ ਜਿੱਦਾਂ ਤੁਸੀਂ ਗੱਲ ਕੀਤੀ। ਤੀਰਥ ਸਿੰਘ ਜੀ, ਤੁਸੀਂ ਇਹ ਸਾਰਾ ਕੁਝ ਦੇਖਿਆ, ਆਪਣੇ ਅੱਖੀਂ ਵੀ ਦੇਖਿਆ, ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਕਿਵੇਂ ਬਿਆਨ ਕਰਦੇ ਹੋ ਇਸ ਚੀਜ਼ ਨੂੰ? ਮੈਂ ਨਾਂਗਲੇ ਰਹਿੰਦਾ ਸੀ ਜੀ। ਜੀ, ਸਾਡੇ ਤਕਰੀਬਨ 50-60 ਪਰਿਵਾਰ ਸਨ ਉਸ ਟਾਈਮ ਨਾਂਗਲੇ ਅੰਦਰ, ਤੇ ਨਾਂਗਲੇ ਅੰਦਰ ਤਕਰੀਬਨ 72 ਸਿੰਘਾਂ ਨੂੰ ਸ਼ਹੀਦ ਕੀਤਾ ਇਹਨਾਂ ਨੇ, ਜਿਹਦੇ ਅੰਦਰ 66 ਸਾਡੀ ਬਲਾਦਰੀ ਵਿੱਚੋਂ ਇਹਨਾਂ ਨੇ ਸ਼ਹੀਦ ਕੀਤੇ, ਜਿਹਦੇ 'ਚੋਂ ਮੇਰੇ ਫਾਦਰ ਸਾਹਿਬ, ਮੇਰਾ ਵੱਡਾ ਭਰਾ ਜੋ ਉਸ ਟਾਈਮ ਦੇਵਨਗਰ ਕਾਲਜ ਵਿੱਚ ਫਸਟ ਈਅਰ ਕਰ ਰਿਹਾ ਸੀ, ਮੇਰੇ ਚਾਚਾ ਜੀ ਔਰ ਮੇਰੇ ਮਾਮਾ ਜੀ ਨੂੰ ਮੇਰੇ ਸਾਹਮਣੇ ਇਹਨਾਂ ਨੇ ਸ਼ਹੀਦ ਕੀਤਾ ਜੀ। ਮੇਰੇ ਚਾਚਾ ਜੀ ਨੂੰ ਮੇਰੇ ਸਾਹਮਣੇ ਟਰੱਕ ਦੇ ਵਿੱਚ ਚੱਲਿਆ, ਟਰੱਕ ਉਹਦੇ ਵਿੱਚ ਪਾਇਆ ਮੇਰੇ ਸਾਹਮਣੇ ਜੀ, ਅਤੇ ਮੇਰੇ ਭਰਾ ਨੂੰ ਮੇਰੇ ਹੱਥੀ ਸਮਝ ਲਓ ਮੇਰੀ ਮਾਂ ਦੇ ਹੱਥੋਂ ਕੱਢ ਕੇ ਉਹਨਾਂ ਨੇ ਉੱਥੇ ਹੀ ਸ਼ਹੀਦ ਕੀਤਾ। ਮਤਲਬ ਮੈਂ ਬਿਆਨ ਨਹੀਂ ਕਰ ਸਕਦਾ ਉਹ ਵਾਲੀ ਗੱਲਾਂ, ਮਤਲਬ ਕਿਹੜਾ ਉਹਨਾਂ ਕੋਲ ਕੈਮੀਕਲ ਸੀ ਅੱਜ ਤੱਕ ਨਹੀਂ ਸਮਝ ਆਈ ਜੀ। ਮੇਰੇ ਭਰਾ ਦੇ ਪਾਇਆ ਉਹਨਾਂ ਨੇ ਤੇ ਉੱਥੇ ਹੀ। ਸੋ ਇਹ ਗੱਲਾਂ ਬਿਆਨ ਕਰਨੀਆਂ ਵਾਕਈ ਬੜੀਆਂ ਔਖੀਆਂ ਹੁੰਦੀਆਂ, ਖਾਸ ਤੌਰ 'ਤੇ ਛੋਟੀ ਉਮਰ ਉਸ ਵੇਲੇ 12-13 ਸਾਲ ਦੀ ਉਮਰ ਸੀ ਇਹਨਾਂ ਦੀ, ਅਤੇ ਇਹ ਸਾਰਾ ਕੁਝ ਅੱਖੀਂ ਵੇਖਿਆ। ਆਪਾਂ ਘੱਲੂਘਾਰੇ ਦੀ ਗੱਲ ਕਰਦੇ ਹਾਂ, ਵੱਡਾ ਘੱਲੂਘਾਰਾ ਹੋਇਆ, ਛੋਟਾ ਘੱਲੂਘਾਰਾ ਹੋਇਆ, ਅਤੇ ਇਹ ਵੀ ਇੱਕ ਘੱਲੂਘਾਰਾ ਹੀ ਸੀ ਜਿਹੜਾ ਸਾਡੇ ਨਾਲ ਉਸ ਵੇਲੇ ਵਾਪਰਿਆ, ਪਰ ਕਿਉਂਕਿ ਉਸ ਵੇਲੇ ਸਾਡੇ ਕੋਲ ਇਤਿਹਾਸ ਨੂੰ ਸਮਝਣ ਦੇ, ਉਹਨੂੰ ਸੰਭਾਲਣ ਦੇ ਸੋਰਸਿਸ ਨਹੀਂ ਸੀ। ਅਸੀਂ ਅਕਸਰ ਗੱਲ ਕਰਦੇ ਹਾਂ ਕਿ ਇਤਿਹਾਸ ਸਾਂਭਿਆ ਨਹੀਂ ਗਿਆ, ਪਰ ਇਹ ਜਿਹੜਾ ਆਡੀਓ ਵਿਜ਼ੂਅਲ ਇਤਿਹਾਸ ਸਾਡੇ ਸਾਹਮਣੇ, ਕਿਉਂਕਿ ਇਹਨਾਂ ਦੇ ਮੁੱਖੋਂ ਜਿਹੜੀਆਂ ਗੱਲਾਂ ਅੱਜ ਸਾਡੇ ਕੋਲ ਆ ਜਾਣਗੀਆਂ ਉਹ ਸਦਾ ਵਾਸਤੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਅੰਕਿਤ ਹੋ ਜਾਣਗੀਆਂ। ਸੋ ਅਸੀਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਸ ਵੇਲੇ ਦੀ ਸੱਚਾਈ ਜਿਹੜੀ ਤੁਹਾਡੀਆਂ ਅੱਖਾਂ ਸਾਹਮਣੇ ਵਾਪਰੀ, ਚਾਹੇ ਭਾਵਨਾਵਾਂ ਨੇ ਤੁਹਾਡੀਆਂ ਜੁੜੀਆਂ ਹੋਈਆਂ, ਅਸੀਂ ਉਹਨਾਂ ਦੀ ਕਦਰ ਕਰਦੇ ਹੋਏ ਥੋੜ੍ਹਾ ਜਿਹਾ ਇਸ ਪੱਖ ਤੋਂ ਕਿ ਆਉਂਦੇ ਸਮੇਂ ਦੇ ਵਿੱਚ ਕੌਮ ਦੇ ਕੋਲ ਇਹ ਡਾਕੂਮੈਂਟ ਇੱਕ ਆਡੀਓ ਵਿਜ਼ੂਅਲ ਦੇ ਰੂਪ ਦੇ ਵਿੱਚ ਹੋ ਜਾਏਗਾ, ਆਉਂਦੀ ਸਾਡੀ ਅਗਲੀਆਂ ਜਨਰੇਸ਼ਨ ਵੇਖਣਗੀਆਂ ਜਾਂ ਸੁਣਨਗੀਆਂ ਕਿ ਸਾਡੇ ਨਾਲ ਉਸ ਵੇਲੇ ਇੱਦਾਂ ਦਾ ਵਰਤਾਰਾ ਹੋਇਆ ਸੀ। ਤੀਰਥ ਸਿੰਘ ਜੀ, ਅਸੀਂ ਚਾਹਾਂਗੇ ਤੁਸੀਂ ਥੋੜ੍ਹਾ ਜਿਹਾ ਹੋਰ ਕਿ
ਕਿਵੇਂ ਕਿਵੇਂ ਉਸ ਏਰੀਏ ਦੇ ਜਿਹੜਾ ਏਰੀਏ ਨੂੰ ਤੁਸੀਂ ਬਿਲੋਂਗ ਕਰਦੇ ਸੀ, ਉਸ ਏਰੀਏ 'ਚ ਕਿਵੇਂ ਇਹ ਘਟਨਾਵਾਂ ਸ਼ੁਰੂ ਕਿੱਦਾਂ ਹੋਈਆਂ? ਤਕਰੀਬਨ 11 ਵਜੇ ਟਾਈਮ ਸੀ ਜੀ, ਹਾਂਜੀ, ਜਦੋਂ ਕਿਹੜੀ ਤਰੀਕ ਦੀ ਇਹ ਇੰਸੀਡੈਂਟ ਜੀ? ਇੱਕ ਤਰੀਕ ਦੇ 11 ਵਜੇ ਸਵੇਰੇ 11 ਵਜੇ ਅਸੀਂ ਗੁਰਦੁਆਰਾ ਸਾਹਿਬ ਇਸਾਂ ਸਾਰੇ ਬੱਚੇ ਖੇਡ ਰਹੇ ਸੀ, ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ ਸੀ ਜੀ, ਤੇ ਇੱਕ ਹੱਲਾ ਹੋਇਆ ਬੜਾ ਜ਼ਬਰਦਸਤ, ਤੇ ਲੱਗਿਆ ਵੀ ਉਸ ਟਾਈਮ ਸ਼ਾਇਦ ਬਈ ਕੁਛ ਲੁੱਟ ਭਰ ਕਰਕੇ ਚਲੇ ਜਾਏਂਗੇ। ਫਿਰ ਇੱਕ ਟ੍ਰੇਨ ਆ ਕੇ ਰੁਕੀ ਜੀ, ਜੋ ਰਿਵਾੜੀ ਤੋਂ ਹੋ ਕੇ ਹਰਿਆਣਾ ਰਿਵਾੜੀ ਤੋਂ ਆਉਂਦੇ ਹੋਏ, ਸਾਡੇ ਸਮਝ ਲਓ ਕਿ ਲਗਭਗ 150 ਕਦਮ 200 ਕਦਮ ਹੋਏ ਫਾਟਕ ਸੀ, ਉੱਥੇ ਰੁਕੀ ਟ੍ਰੇਨ, ਹਜ਼ਾਰੋਂ ਦੀ ਤਾਦਾਦ ਨਾਲ ਬੰਦੇ ਉੱਤੇ, ਮਤਲਬ ਉਹਨਾਂ ਕੋਲ ਕਿਹੜਾ ਹਥਿਆਰ ਸੀ ਜਿਹੜਾ ਨਹੀਂ ਸੀ, ਤੇ ਉਹ ਉਤਰੇ, ਉਹਨਾਂ ਨੇ ਜਿਸ ਟਾਈਮ ਕਹਿਰ ਵਰਸਾਇਆ, ਸਾਡੇ ਇੱਧਰ ਵੀ ਬੜੇ ਘੱਟੋ ਘੱਟ 4-5 ਘੰਟੇ ਇਹਨਾਂ ਨੇ ਉਹਨਾਂ ਨਾਲ ਜੰਗ ਕੀਤੀ ਜੀ, ਮੁਕਾਬਲਾ ਕੀਤਾ ਬਹੁਤ ਜ਼ਿਆਦਾ, ਮਤਲਬ ਜਦ ਤੱਕ ਹੋ ਸਕਿਆ ਲਾਸ਼ ਤੱਕ, ਜਿਸ ਟਾਈਮ 5:30 ਹੋਏ ਅੰਧੇਰਾ ਪਿਆ ਅਤੇ ਗੁਰਦੁਆਰਾ ਸਾਹਿਬ 'ਤੇ ਅਟੈਕ ਹੋਇਆ, ਤਾਂ ਉਹਦੇ ਬਾਅਦ ਹੀ ਸਾਰਾ ਮਤਲਬ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ। ਸੋ ਇਹ ਮੈਂ ਸਮਝਦਾ ਤੁਸੀਂ ਥੋੜ੍ਹਾ ਜਿਹਾ ਸਹਿਯੋਗ ਇਹਦੇ ਵਿੱਚ ਕਰੋ ਕਿ ਉਸ ਵੇਲੇ ਦਾ ਇੰਸੀਡੈਂਟ, ਕਿਉਂਕਿ ਉਹਨਾਂ ਦੀਆਂ ਭਾਵਨਾਵਾਂ ਜਾਂ ਉਹਨਾਂ ਨੇ ਅੱਖੀਂ ਦੇਖਿਆ, ਇਹ ਜਿਹੜਾ ਅਟੈਕ ਜਾਂ ਇਹ ਜਿਹੜਾ ਮੋਬ ਆਇਆ ਸੀ, ਇਹਦੇ ਬਾਰੇ ਕੀ ਤੱਥ ਬਾਅਦ 'ਚ ਸਾਹਮਣੇ ਆਉਂਦੇ ਨੇ? ਇਹ ਸਾਰੇ ਮੋਬ ਨੂੰ ਉਸ ਸਮੇਂ ਕਾਲ ਕੀਤੀ ਗਈ, ਬੁਲਾਇਆ ਗਿਆ, ਜਿਹੜੇ ਵੀ ਸੋਰਸਿਸ ਰਾਹੀਂ ਉਸ ਸਮੇਂ ਮੈਸੇਜ ਭੇਜੇ ਗਏ ਸਾਰਿਆਂ ਨੂੰ, ਬੁਲਾਇਆ ਗਿਆ ਪ੍ਰੀ ਪਲੈਨ ਤਰੀਕੇ ਦੇ ਨਾਲ। ਅਸੀਂ ਵੀ ਉਸ ਟਾਈਮ ਸੁਭਾਸ਼ ਨਗਰ ਦੇ ਨੇੜੇ ਮੀਨਾਕਸ਼ੀ ਗਾਰਡਨ ਹੈ ਉੱਥੇ ਰਹਿੰਦੇ ਸੀਗੇ, ਅਤੇ ਛੋਟੇ ਸੀਗੇ, ਰਾਤ ਨੂੰ ਤਕਰੀਬਨ ਅਸੀਂ ਦੇਖਦੇ ਸੀਗੇ ਕਿ ਸਾਰੇ ਜਿਹੜੇ ਆਸ ਪੜੋਸ ਦੇ ਘਰ ਵਾਲੇ ਨੇ, ਉਹ ਜ਼ਿਆਦਾਤਰ ਹਿੰਦੂ ਪਰਿਵਾਰ, ਉਹ ਰਾਤ ਦੇ ਪਹਿਰੇ ਦੇ ਵਿੱਚ ਤਕਰੀਬਨ ਰੱਖਣ ਲੱਗ ਗਏ ਸਭ ਨੂੰ। ਪਰ ਸਾਡੀ ਵਾਲੀ ਗਲੀ ਦੇ ਵਿੱਚ ਉਹ ਇੰਸੀਡੈਂਟ ਨਹੀਂ ਹੋਇਆ, ਅਸੀਂ ਬਾਹਰ ਜਾਂਦੇ ਸੀ, ਮੇਨ ਨਜਫਗੜ੍ਹ ਰੋਡ ਸੀਗਾ ਉਹ, ਉਸ ਨਜਫਗੜ੍ਹ ਰੋਡ 'ਤੇ ਆਪ ਆਪਣੀ ਅੱਖੀਂ ਦੇਖਿਆ ਕਿ ਟਰੱਕਾਂ ਦੇ ਵਿੱਚ ਲੋਕ ਭਰ ਭਰ ਕੇ ਉਹਨਾਂ ਦੇ ਹੱਥਾਂ 'ਚ, ਕਿਸੇ ਦੇ ਹੱਥ ਲਾਠੀਆਂ ਅਤੇ ਕਿਸੇ ਦੇ ਹੱਥ ਕੋਈ ਹੋਰ ਹਥਿਆਰ, ਉਹ ਲੈ ਕੇ ਜਾਂਦੇ ਹੋਏ ਆਪ ਆਪਣੀ ਅੱਖੀਂ ਦੇਖੇ ਨੇ। ਉਸ ਸਮੇਂ ਪਿਤਾ ਜੀ ਵੀ ਸਾਡੇ ਇੱਥੇ ਨਹੀਂ ਸਨ, ਉਹ ਵੀ ਇੱਕ ਜਗ੍ਹਾ 'ਤੇ ਸਟੱਕ ਹੋ ਗਏ, ਕਿਉਂਕਿ ਸਵੇਰੇ ਸਵੇਰੇ ਤਕਰੀਬਨ ਸਾਰੇ ਆਪਣੇ ਕੰਮਾਂ ਕਾਰਾਂ ਨੂੰ 31 ਨੂੰ ਵੀ ਨਿਕਲ ਗਏ ਸੀਗੇ, ਅਤੇ ਜਦੋਂ ਸ਼ਾਮ ਦੇ ਇੰਸੀਡੈਂਟ ਹੋਏ ਉਹ ਬਹੁਤਿਆਂ ਨੂੰ ਪਤਾ ਨਹੀਂ ਲੱਗਿਆ। 1 ਨੂੰ ਵੀ ਲੋਕ ਜਿਹੜੇ ਨੇ ਉਹ ਘਰਾਂ 'ਚੋਂ ਬਾਹਰ ਨਿਕਲ ਗਏ ਸਨ, ਅਤੇ ਜਿਹੜੇ ਘਰਾਂ 'ਚੋਂ ਬਾਹਰ ਨਿਕਲੇ ਉਹ ਕੋਈ ਬਹੁਤ ਖੁਸ਼ਕਿਸਮਤ ਸਨ, ਜਿਹੜੇ ਵਾਪਸ ਆਏ ਸਨ, ਜ਼ਿਆਦਾਤਰ ਨੂੰ ਸੜਕਾਂ ਦੇ ਉੱਤੇ ਹੀ ਮਾਰ ਦਿੱਤਾ ਗਿਆ ਸੀਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬੜੇ ਪ੍ਰੀ ਪਲੈਨ ਤਰੀਕੇ ਦੇ ਨਾਲ ਉਹਨਾਂ ਸਾਰੇ ਬੰਦਿਆਂ ਨੂੰ ਇਕੱਠਾ ਕੀਤਾ ਗਿਆ, ਜਿਹੜੇ ਪਹਿਲੇ ਤਾਂ ਸ਼ੁਰੂਆਤੀ ਤੌਰ 'ਤੇ ਉਹਨਾਂ ਦੇ ਕਹਿਣ 'ਤੇ ਆਏ ਸਿਰਫ ਲੁੱਟ ਮਾਰ ਨੂੰ, ਪਰ ਉਹਨਾਂ ਵਿੱਚ ਜਿਹੜੇ ਐਸੇ ਅਨਸਰ ਸਨ, ਜਿਹੜੇ ਕ੍ਰਿਮੀਨਲ ਸਨ, ਉਹਨਾਂ ਨੂੰ ਇੰਨਾ ਵੀ ਦਰਦ ਨਹੀਂ ਹੋਇਆ ਕਿ ਕਿਸੇ ਇੱਕ ਇਨਸਾਨ ਦੂਸਰੇ ਇਨਸਾਨ ਦੀ ਜਾਨ ਲੈ ਰਿਹਾ ਅਤੇ ਧੀਆਂ ਭੈਣਾਂ ਦੀ ਵਿਪੱਤੀ ਕਰ ਰਿਹਾ ਹੈ। ਉਹਨਾਂ ਨੂੰ ਬਿਲਕੁਲ ਇਸ ਕਿਸਮ ਦਾ ਅਹਿਸਾਸ ਵੀ ਨਹੀਂ ਹੋਇਆ ਕਿ ਕੱਲ੍ਹ ਨੂੰ ਸਾਡੇ ਨਾਲ ਕੀ ਵਾਪਰਨੀ ਹੈ। ਪਰ ਉਹ ਜਿਹੜਾ ਸਮਾਂ ਸੀਗਾ, ਜਿਸ ਤਰ੍ਹਾਂ ਨਾਂਗਲੋਈ ਦੀ ਗੱਲ ਕੀਤੀ, ਮੰਗੋਲਪੁਰੀ, ਸੁਲਤਾਨਪੁਰੀ, ਨਾਂਗਲੋਈ, ਟਰਾਂਸ ਯਮੁਨਾ, ਇਹਨਾਂ ਜਗ੍ਹਾ ਦੇ ਉੱਤੇ ਬਾਕਾਇਦਾ ਨਿਸ਼ਾਨਦੇਹੀ ਕੀਤੀ ਗਈ, ਰਾਤ ਵੇਲੇ ਕਾਲੇ ਚਾਹੇ ਕੋਲੇ ਦੇ ਨਾਲ ਜਾਂ ਕਿਸੇ ਹੋਰ ਪਦਾਰਥ ਦੇ ਨਾਲ ਉੱਥੇ ਨਿਸ਼ਾਨ ਲਾਏ ਗਏ ਸਿੱਖਾਂ ਦੇ ਘਰਾਂ ਦੇ ਬਾਹਰ, ਵੋਟਰ ਲਿਸਟਾਂ ਚੁੱਕੀਆਂ ਗਈਆਂ, ਰਾਸ਼ਨ ਵਾਲਿਆਂ ਤੋਂ ਉਹਨਾਂ ਦੇ ਨਾਂ ਪਤੇ ਲਏ ਗਏ ਕਿ ਸਿੱਖਾਂ ਦੇ ਘਰ ਕਿਹੜੇ ਨੇ। ਇਹ ਨਿਸ਼ਾਨਦੇਹੀਆਂ ਕਰਕੇ ਉੱਥੋਂ ਕੱਢ ਕੱਢ ਕੇ ਬੰਦਿਆਂ ਨੂੰ ਮਾਰਿਆ ਗਿਆ।
ਜਿਹੜਾ ਆਫੀਸ਼ੀਅਲ ਆਂਕੜਾ 10 ਕਮਿਸ਼ਨਾਂ ਬਿਠਾਉਣ ਤੋਂ ਬਾਅਦ ਇਹਨਾਂ ਨੇ ਆਫੀਸ਼ੀਅਲ ਆਂਕੜਾ ਦਿੱਲੀ ਦੇ ਅੰਦਰ ਕੇਵਲ 2733 ਦਾ ਕੱਢਿਆ, ਉਹ 2733 ਦਾ ਆਫੀਸ਼ੀਅਲ ਆਂਕੜਾ ਹੈ। ਮੈਂ ਕਈ ਵਾਰ ਇਹ ਸਵਾਲ ਪਾਇਆ ਹੈ ਕਿ ਉਹਨਾਂ ਨਾਲ ਤਸ਼ੱਦਦ ਹੋਈ, ਉਹਨਾਂ ਨੂੰ ਮਾਰਿਆ ਗਿਆ, ਇਹ ਕਹਿੰਦੇ ਜੀ ਗਲੇ ਟਾਇਰ ਨਹੀਂ ਪਾਏ ਗਏ, ਕਿੱਥੇ ਗਈਆਂ ਜੀ ਲਾਸ਼ਾਂ ਉਹਨਾਂ ਦੀਆਂ? ਉਹਨਾਂ ਦੀਆਂ ਜਿਹੜੀਆਂ ਬਾਡੀਜ਼ ਸਨ ਉਹਨਾਂ ਨੂੰ ਅੰਤਮ ਸੰਸਕਾਰ ਲਾਸਟ ਰਾਈਟਸ ਦਿੱਤੇ ਗਏ ਸਰਕਾਰ ਦੁਆਰਾ ਦਿੱਤੇ ਗਏ ਜਾਂ ਉਹਨਾਂ ਨੂੰ ਖੁਰਦ-ਪੁਰਦ ਕੀਤਾ ਗਿਆ? ਅੱਜ ਤੱਕ ਨਹੀਂ ਪਤਾ ਲੱਗਿਆ। ਜਿਵੇਂ ਪੰਜਾਬ ਦੇ ਵਿੱਚ ਤਸ਼ੱਦਦ ਆਈ, ਇਹ ਸਾਰਾ ਮਾਹੌਲ ਅਗਰ ਅਸੀਂ ਪਿੱਛੇ ਜਾਈਏ, ਇਹ ਕੰਮ ਹੋਇਆ ਕਿਉਂ? ਕਿਉਂਕਿ ਉਹ ਪਵਿੱਤਰ ਅਸਥਾਨ ਜਿਹੜਾ ਸਿੱਖਾਂ ਦਾ ਸਿਰਮੋਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ, ਉੱਥੇ ਜਦ ਫੌਜੀ ਹਮਲਾ ਕਰਵਾਇਆ ਗਿਆ, ਉਹ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ। ਉਸ ਚੀਜ਼ ਨੂੰ ਅੱਗੇ ਜਦੋਂ ਆਇਆ, ਉਹ ਇਹ ਹਾਦਸਾ ਵਾਪਰਿਆ ਅਤੇ ਸੰਨ 1984 ਦੇ ਵਿੱਚ ਇਹਨਾਂ ਨੇ ਸੁਨਿਯੋਜਿਤ ਢੰਗ ਦੇ ਨਾਲ ਇਹ ਸਾਰਾ ਕਾਰਾ ਕੀਤਾ। ਜਿਹੜਾ ਉਸ ਸਮੇਂ ਯੂਥ ਦੇ ਵਿੱਚ, ਚਾਹੇ ਸੱਜਣ ਕੁਮਾਰ ਟਾਈਟਲਰ, ਭਗਤ ਜਾਂ ਧਰਮਦਾਸ ਸ਼ਾਸਤਰੀ ਔਰ ਕਮਲਨਾਥ ਵਰਗਾ ਜਿਹੜਾ ਉਸ ਸਮੇਂ ਯੂਥ ਦਾ ਪ੍ਰੈਜ਼ੀਡੈਂਟ ਸੀ ਸ਼ਾਇਦ, ਉਹ ਇੱਥੇ ਰਕਾਬਗੰਜ ਸਾਹਿਬ ਦੀ ਦਰਸ਼ਨੀ ਡਿਓੜੀ ਤੱਕ ਆਇਆ। ਉਹਨੇ ਉੱਥੋਂ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ, ਮੌਬ ਨੂੰ ਜਿਹੜਾ ਅੱਗੇ ਲੀਡ ਕਰ ਰਿਹਾ ਸੀਗਾ, ਇਹਨਾਂ ਲੋਕਾਂ ਨੇ ਮੌਬ ਨੂੰ ਲੀਡ ਕੀਤਾ, ਇਹਨਾਂ ਲੋਕਾਂ ਨੇ ਮੌਬ ਨੂੰ ਭੜਕਾਇਆ, ਭੜਕਾਊ ਭਾਸ਼ਣ ਦਿੱਤੇ। ਜਦ ਖੂਨ ਕਾ ਬਦਲਾ ਖੂਨ ਦਾ ਨਾਰਾ ਇਹਨਾਂ ਨੇ ਦਿੱਤਾ ਤੇ ਉਹ ਸਾਰੀ ਦਿੱਲੀ ਚ ਨਹੀਂ, ਸਾਰੇ ਦੇਸ਼ ਵਿੱਚ ਫੈਲਿਆ।